ਸੋ ਗਾਇਸ ਵੈਲਕਮ ਬੈਕ ਟੂ ਅਨਦਰ ਵੀਡੀਓ ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਉਸ ਚੀਜ਼ ਬਾਰੇ ਜਿਹੜੀ ਕਿ ਕਾਫੀ ਜ਼ਿਆਦਾ ਇੰਪੋਰਟੈਂਟ ਆ ਤੇ ਇਹ ਚੀਜ਼ ਬਾਰੇ ਜਨਤਾ ਨੂੰ ਬਹੁਤ ਜ਼ਿਆਦਾ ਭੁਲੇਖੇ ਨੇ ਕਿਉਂਕਿ ਇੰਡੀਆ ਵਿੱਚ ਇਹ ਚੀਜ਼ ਦੇ ਬਾਰੇ ਗਲਤ ਫਹਿਮੀਆਂ ਬਹੁਤ ਜ਼ਿਆਦਾ ਫੈਲਾਈਆਂ ਜਾਂਦੀਆਂ ਤੇ ਆਪਣੇ ਨੂੰ ਵੀ ਇਹ ਚੀਜ਼ ਬਾਰੇ ਨਹੀਂ ਪਤਾ ਸੀਗਾ ਆਪਾਂ ਹੀ ਭੁੱਲ ਭੁਲੇਖੇ ਕੁਛ ਹੋਰ ਹੀ ਸੋਚ ਬੈਠੇ ਸੀਗੇ ਜਿਵੇਂ ਕਿ ਮੈਂ ਅੱਜ ਗੱਲ ਕਰਨ ਜਾ ਰਿਹਾ ਕਿ ਤੁਹਾਨੂੰ ਕੈਨੇਡਾ 12th ਦੇ ਬਾਅਦ ਆਉਣ 'ਚ ਫਾਇਦਾ ਜਾਂ ਫਿਰ ਗ੍ਰੈਜੂਏਸ਼ਨ ਕਰਨ ਦੇ ਬਾਅਦ ਅਗਰ ਇਹਦਾ ਵਨ ਵਰਡ ਆਨਸਰ ਦਿੱਤਾ ਜਾਵੇ ਤਾਂ ਗ੍ਰੈਜੂਏਸ਼ਨ ਕਰਨ ਦੇ ਬਾਅਦ ਉਹਦੇ ਵਿੱਚ ਬਹੁਤ ਸਾਰੇ ਰੀਜ਼ਨਸ ਨੇ ਤੇ ਕਾਫੀ ਜ਼ਿਆਦਾ ਇੰਪੋਰਟੈਂਟ ਵੀ ਨੇ ਉਹ ਮੈਟਰ ਕਰਦੇ ਨੇ ਰਿਐਲਿਟੀ ਵਿੱਚ ਸੋ ਇਹੀ ਚੀਜ਼ ਬਾਰੇ ਮੈਂ ਤੁਹਾਨੂੰ ਦੱਸਾਂਗਾ ਵੀਡੀਓ ਦੇ ਵਿੱਚ ਅਗਰ ਤੁਸੀਂ ਇਹਨੂੰ ਜਾਣਾ ਚਾਹੁੰਦੇ ਜ਼ਰੂਰ ਨਾਲ ਦੇਖਿਓ ਵੈਸੇ ਤਾਂ ਦੇਖਣੀ ਪੈਂਦੀ ਹੈ ਡਿਊਡ ਆਈ ਨੋ ਕਿ ਤੁਸੀਂ 12ਵੀਂ ਤੋਂ ਬਾਅਦ ਜਿਹੜੇ ਨੇ ਆਉਣਾ ਉਹਨੇ 12ਵੀਂ ਤੋਂ ਬਾਅਦ ਹੀ ਆ ਕੇ ਰਹਿਣਾ ਚਾਹੇ ਮੈਂ ਜੋ ਮਰਜ਼ੀ ਕਹਿ ਲਾਂ ਬਟ ਫਿਰ ਵੀ ਇੱਕ ਵਾਰੀ ਤੁਹਾਨੂੰ ਜਾਣਨਾ ਪੈਂਦਾ ਆ ਕਿ ਫਰਕ ਕੀ ਪੈਂਦਾ ਇਹਦੇ ਨਾਲ ਠੀਕ ਹੈ ਸੋ ਆਪਾਂ ਵੀ ਟਾਈਮ ਨਹੀਂ ਵੇਸਟ ਕਰਦੇ ਹਾਂ ਤਾਂ ਕਰਦੇ ਨੇ ਵੀਡੀਓ ਸ਼ੁਰੂ ਓਕੇ ਸੋ ਸਭ ਤੋਂ ਪਹਿਲਾਂ ਮੈਂ ਇਹੀ ਗੱਲ ਕਰ ਲੈਂਦਾ ਬਾਈ ਕਿ ਜਿਵੇਂ ਆਪਾਂ ਆਉਂਦੇ ਹਾਂ 12ਵੀਂ ਤੋਂ ਬਾਅਦ ਜਿਵੇਂ ਮੈਂ ਇੰਡੀਆ ਸੀਗਾ ਸਾਨੂੰ ਇਹ ਕਿਹਾ ਜਾਂਦਾ ਸੀ ਕਿ ਯਾਰ ਤੁਸੀਂ ਅਗਰ 12ਵੀਂ ਤੋਂ ਬਾਅਦ ਚੱਲ ਗਏ ਤਾਂ ਚੱਲ ਗਏ ਨਹੀਂ ਤਾਂ ਫਿਰ ਤੁਸੀਂ ਰਹਿ ਗਏ ਠੀਕ ਹੈ ਕਿਉਂਕਿ ਕਹਿੰਦੇ 12ਵੀਂ ਤੋਂ ਬਾਅਦ ਰਿਕੁਆਇਰਮੈਂਟ ਵੱਧ ਜਾਂਦੀ ਆ ਠੀਕ ਹੈ ਪਰਸੈਂਟੇਜ ਦੀ ਬੈਂਡਸ ਦੀ ਪਲੱਸ ਸਾਡੇ ਫੀਸਾਂ ਵੀ ਜ਼ਿਆਦਾ ਲੱਗਦੀਆਂ ਨੇ ਇੱਦਾਂ ਬਹੁਤ ਸਾਰੇ ਭੁਲੇਖੇ ਦਿੱਤੇ ਜਾਂਦੇ ਸੀਗੇ ਇਸੇ ਕਰਕੇ ਸਾਡੇ ਘਰ ਦੇ ਨੇ ਸਾਨੂੰ ਪਹਿਲਾਂ ਹੀ ਭੇਜ ਦਿੱਤਾ ਪਰ ਇੱਦਾਂ ਕੁਛ ਨਹੀਂ ਹੁੰਦਾ ਯਾਰ 6 ਬੈਂਡ ਦੀ 6.5 ਬੈਂਡ ਹੋ ਜੂ ਰਿਕੁਆਇਰਮੈਂਟ ਬਸ ਉਸ ਤੋਂ ਇਲਾਵਾ ਨਹੀਂ ਕੋਈ ਫਰਕ ਪੈਣ ਲੱਗਾ ਫੀਸ ਵੀ ਨਹੀਂ ਵੱਧਦੀ ਪਰਸੈਂਟੇਜ ਰਿਕੁਆਇਰਮੈਂਟ ਦਾ ਵੀ ਕੋਈ ਫਰਕ ਨਹੀਂ ਪੈਂਦਾ ਠੀਕ ਹੈ ਸੋ ਮੈਂ ਤੁਹਾਨੂੰ ਇਹ ਚੀਜ਼ ਦੱਸਦਾ ਮੇਨ ਕਿ ਤੁਹਾਨੂੰ ਫਾਇਦੇ ਕੀ ਹੁੰਦੇ ਅਗਰ ਤੁਸੀਂ 12ਵੀਂ ਬਾਅਦ ਨਹੀਂ ਗ੍ਰੈਜੂਏਸ਼ਨ ਬਾਅਦ ਆਓ ਡਿਪਲੋਮਾ ਵਗੈਰਾ ਕੁਛ ਡਿਗਰੀ ਕੁਛ ਕਰਕੇ ਆਓ ਠੀਕ ਹੈ ਸਭ ਤੋਂ ਪਹਿਲੀ ਗੱਲ ਤਾਂ ਇਹ ਹੁੰਦੀ ਯਾਰ ਜਿਹੜੇ ਆਉਂਦੇ ਆ ਗ੍ਰੈਜੂਏਸ਼ਨ ਵਗੈਰਾ ਕਰਕੇ ਉਹਨਾਂ ਦੀ ਉਮਰਾਂ ਸਾਡੇ ਨਾਲੋਂ ਬਹੁਤ ਜ਼ਿਆਦਾ ਹੁੰਦੀਆਂ ਨੇ ਜਿਵੇਂ ਮੈਂ ਹੈਗਾ 18 ਦਾ ਉਹ ਬੰਦੇ 20, 21, 22 ਦੇ ਤਾਂ ਹੁੰਦੇ ਹੀ ਨੇ ਠੀਕ ਹੈ ਉਹਨਾਂ ਨੇ ਅਗਰ ਉਹਨੇ ਉਮਰਾਂ ਸਾਡੇ ਨਾਲ ਜ਼ਿਆਦਾ ਹੈ ਉਹਨੇ ਸਾਡੇ ਨਾਲ ਜ਼ਿਆਦਾ ਦੁਨੀਆ ਦੇਖੀ ਆ ਉਹ ਸਾਡੇ ਨਾਲ ਜ਼ਿਆਦਾ ਸਟਰਗਲ ਕਰਨ ਨੂੰ ਰੈਡੀ ਆ ਠੀਕ ਹੈ ਉਹਨਾਂ ਦਾ ਟਾਈਮ ਆ ਇਹ ਮਿਹਨਤ ਕਰਨ ਦਾ ਸਾਡਾ ਟਾਈਮ ਨਹੀਂ ਹੈਗਾ ਸਾਡਾ ਟਾਈਮ ਹੈਗਾ ਹਲੇ ਬਾਪੂ ਦੇ ਪੈਸਿਆਂ 'ਤੇ ਐਸ਼ ਕਰਨ ਵਾਲਾ ਲੇਕਿਨ ਆਪਾਂ ਇੱਥੇ ਮਿਹਨਤਾਂ ਕਰ ਰਹੇ ਨੇ ਸੋ ਆਪਾਂ ਛੇਤੀ ਡੀਮੋਟੀਵੇਟ ਹੋ ਜਾਂਦੇ ਆ ਉਹ ਬੰਦੇ ਛੇਤੀ ਡੀਮੋਟੀਵੇਟ ਨਹੀਂ ਹੁੰਦੇ ਉਹਨਾਂ ਨੂੰ ਪਤਾ ਉਹਨਾਂ ਦਾ ਟਾਈਮ ਆ ਗਿਆ ਹੁਣ ਮਿਹਨਤਾਂ ਕਰਨ ਦਾ ਪਲੱਸ ਉਹ ਬੰਦੇ ਸਮਝਦਾਰੀ ਸਾਡੇ ਨਾਲੋਂ ਜ਼ਿਆਦਾ ਹੁੰਦੀ ਆ ਸਾਡੇ ਵਰਗੇ ਮੈਂ ਕਹਿੰਦਾ ਨਿਆਣਵਤ ਹੁੰਦੇ ਨੇ ਜਿੰਨਾ ਮਰਜ਼ੀ ਆਪਣੇ ਆਪ ਨੂੰ ਸਮਝਦਾਰ ਸਮਝ ਲੈਣ ਪਰ ਹੁੰਦੇ ਆਪਣੇ ਵਰਗੇ ਨਿਆਣੇ ਨੇ ਪਰ ਜਿਹੜੇ ਆਉਂਦੇ ਆ ਡਿਪਲੋਮੇ ਡਿਗਰੀਆਂ ਕਰਕੇ ਠੀਕ ਆ ਗ੍ਰੈਜੂਏਸ਼ਨ ਕਰਕੇ ਉਹਨਾਂ ਸਮਝਦਾਰੀ ਜ਼ਿਆਦਾ ਹੁੰਦੀ ਉਹ ਸਹੀ ਡਿਸੀਜਨ ਲੈਂਦੇ ਸਾਡੇ ਵਰਗੇ ਕਦੀ ਕਦਾਰ ਕਰ ਜਾਂਦੇ ਆ ਠੀਕ ਆ ਥੋੜ੍ਹੀ ਲਾਪਰਵਾਹੀਆਂ ਅਤੇ ਉਸ ਤੋਂ ਇਲਾਵਾ ਗੱਲ ਕੀਤੀ ਜਾਵੇ ਅਗਰ ਏਜ ਦੇ ਰਿਲੇਟਡ ਗੱਲ ਕੀਤੀ ਜਾਵੇ ਜਦੋਂ ਆਪਾਂ PR ਦੀ ਅਪਲਾਈ ਕਰਨ ਜਾਂਦੇ ਨਾ ਅਤੇ ਸਾਡਾ ਅਗਰ 21 ਸਾਲ ਉਮਰ ਆਉਣਾ ਮਿਨੀਮਮ 21 ਸਾਲ ਉਮਰ ਤਾਂ ਸਾਡੇ ਪੁਆਇੰਟ ਵੱਧਦੇ ਨੇ ਠੀਕ ਆ ਫਾਈਲ ਦੇ ਵਿੱਚ ਅਤੇ ਹੁਣ ਜਿਵੇਂ ਮੈਂ ਤੁਹਾਨੂੰ ਦੱਸਿਆ ਮੈਂ ਇੱਥੇ 17 ਸਾਲਾਂ ਦਾ ਮੇਰਾ ਵੀਜ਼ਾ ਲੱਗ ਗਿਆ 18 ਦਾ ਮੈਂ ਇੱਥੇ ਆ ਗਿਆ ਅਤੇ ਮੇਰਾ ਅਗਲੇ ਸਾਲ ਕੋਰਸ ਮੁੱਕਣਾ ਇਹੀ ਟਾਈਮ 'ਤੇ ਠੀਕ ਹੈ 19 ਦਾ ਹੋਣਾ ਮੈਂ ਅਤੇ ਯਾਨੀ ਕਿ ਮੈਨੂੰ 2 ਸਾਲ ਵਰਕ ਪਰਮਿਟ 'ਤੇ ਲਾਉਣੇ ਪੈਣੇ ਤਾਂ ਜਾ ਕੇ ਮੇਰਾ ਕਿਤੇ ਪੁਆਇੰਟ ਵੱਧਣੇ ਫਿਰ ਮੈਂ PR ਲਈ ਅਪਲਾਈ ਕਰ ਸਕਾਂਗਾ ਠੀਕ ਹੈ ਸੋ ਇਹ ਆਪਣੇ ਨਾਲ ਚੱਕਰ ਪੈਣਾ ਉਹਨਾਂ ਦਾ ਇਹ ਚੱਕਰ ਨਹੀਂ ਪੈਣਾ ਸਿੱਧੇ PR ਲਈ ਅਪਲਾਈ ਕਰ ਸਕਦੇ ਆ ਮਤਲਬ 6 ਮਹੀਨੇ 1 ਸਾਲ ਵਰਕ ਪਰਮਿਟ 'ਤੇ ਲਾ ਕੇ ਉਹ ਕਰ ਦੂਗੇ ਮੈਨੂੰ 2 ਸਾਲ ਲਾਉਣੇ ਪੈਣੇ ਜੇ ਮੇਰੇ ਤੋਂ ਘੱਟ ਉਮਰਾਂ ਦੇ ਵੀ ਬੰਦੇ ਆਉਂਦੇ ਨੇ ਇੱਥੇ ਉਹਨਾਂ ਨੂੰ 3 ਸਾਲ ਲਾਉਣੇ ਪੈਣੇ ਪੂਰੇ ਦੇ ਪੂਰੇ ਵਰਕ ਪਰਮਿਟ ਦੇ 3 ਦਾ ਵਰਕ ਪਰਮਿਟ ਲੱਗਦਾ ਵੀ ਕਿ ਨਹੀਂ ਲੱਗਦਾ ਰੱਬ ਹੀ ਜਾਣਦਾ ਠੀਕ ਹੈ ਅਤੇ ਉਸ ਤੋਂ ਇਲਾਵਾ ਇਹ ਗੱਲ ਕੀਤੀ ਜਾਂਦੀ ਹੈ ਕਿ ਜਿਹੜੇ ਆਉਂਦੇ ਆ ਇੱਥੇ ਆਪਣੇ ਇੰਡੀਆ ਲਈ ਪੜ੍ਹਾਈ ਕਰਕੇ ਮਤਲਬ ਡਿਪਲੋਮੇ ਡਿਗਰੀ ਕਰਕੇ ਉਹ ਬੰਦੇ ਨੂੰ ਪਹਿਲਾਂ ਹੀ ਕਾਫੀ ਸਾਰੀ ਪੜ੍ਹਾਈ ਦੀ ਨੌਲੇਜ ਹੁੰਦੀ ਆ ਹੁਣ ਜਿਵੇਂ ਮੇਰੇ ਵਰਗਾ ਇੱਥੇ ਆ 12ਵੀਂ ਪਾਸ ਠੀਕ ਹੈ ਅਤੇ ਉਹਨੂੰ ਜ਼ਿਆਦਾ ਨੌਲੇਜ ਨਹੀਂ ਹੁੰਦੀ ਠੀਕ ਹੈ ਪੜ੍ਹਾਈ ਬਾਰੇ ਮਤਲਬ ਜਿਹੜੀ ਉਹ ਪੜ੍ਹਨ ਜਾ ਰਿਹਾ ਜਿਵੇਂ ਮੇਰਾ ਪਰਟੀਕੁਲਰ ਕੋਰਸ ਹੈਗਾ ਕੰਪਿਊਟਰ ਸਿਸਟਮ ਟੈਕਨੀਸ਼ੀਅਨ ਨੈਟਵਰਕਿੰਗ ਠੀਕ ਹੈ ਸੋ ਮੈਨੂੰ ਕੀ ਆ ਮੈਂ 12ਵੀਂ ਕੀ ਪੜ੍ਹ ਕੇ ਆਇਆ ਨੋਨ ਮੈਡੀਕਲ ਪੜ੍ਹ ਕੇ ਆਇਆ ਫਿਜ਼ਿਕਸ ਕੈਮਿਸਟਰੀ ਵਗੈਰਾ ਉਹ ਸਭ ਪੜ੍ਹ ਕੇ ਆਇਆ ਉਹ ਇੱਥੇ ਨਹੀਂ ਯੂਜ਼ ਹੋਣ ਲੱਗੀ ਜਿਹੜੇ ਇੰਡੀਆ 'ਚ ਇਹਦੇ ਰਿਲੇਟਡ ਕੋਰਸ ਕਰਕੇ ਆਏ ਹੁੰਦੇ ਨਾ ਆਪਣੇ ਇੰਡੀਆ ਵਾਲੇ ਕੋਰਸ ਕਰਕੇ ਆਉਂਦੇ ਇੱਥੇ ਜਿਵੇਂ ਮੈਂ ਕਿਹਾ ਤੁਹਾਨੂੰ ਡਿਪਲੋਮੇ ਡਿਗਰੀ ਉਹਨਾਂ ਨੂੰ ਇੱਥੇ ਆ ਕੇ ਕੋਰਸ ਕਾਫੀ ਸੌਖੇ ਲੱਗਦੇ ਨੇ ਕਿਉਂਕਿ ਉਹਨਾਂ ਨੇ ਉਹ ਪੜ੍ਹਾਈ ਪਹਿਲਾਂ ਹੀ ਕਰ ਚੁੱਕੇ ਇੰਡੀਆ ਵਿੱਚ ਫਿਰ ਉਹਨਾਂ ਇੱਥੇ ਔਖੀ ਨਹੀਂ ਲੱਗਦੀ ਹੈਗੀ ਇਟਸ ਲਾਈਕ ਈਜ਼ੀ ਜੋਬ ਫੋਰ ਦੈਮ ਬਟ ਸਾਨੂੰ ਥੋੜ੍ਹਾ ਬਹੁਤ ਔਖਾ ਲੱਗ ਜਾਂਦਾ ਆ ਅਤੇ ਇੱਥੇ ਸਾਡੇ ਵਰਗੇ ਬੰਦੇ ਥੋੜ੍ਹੀ ਮਾਰ ਖਾ ਜਾਂਦੇ ਆ ਜਿਹੜੇ 12ਵੀਂ ਪਾਸ ਆਉਂਦੇ ਨੇ ਫਿਰ ਉਸ ਤੋਂ ਇਲਾਵਾ ਗੱਲ ਕੀਤੀ ਹੋਵੇ 12ਵੀਂ ਪਾਸ ਦੀ ਅਤੇ ਸਾਡੇ ਵਰਗੇ ਬੰਦੇ ਇੱਥੇ 6 ਕੀ ਕਹਿੰਦੇ ਆਪਣੇ ਉਹਨਾਂ ਨੂੰ ਤਾਂ ਮੈਂ ਦੱਸਿਆ ਜਿਵੇਂ ਕਿ ਉਹਨਾਂ ਨੂੰ PR 'ਚ ਸੌਖ ਰਹਿੰਦੀ ਆ ਉਹਨਾਂ ਨੂੰ ਪੜ੍ਹਾਈ ਵਿੱਚ ਸੌਖ ਰਹਿੰਦੀ ਆ ਪਲੱਸ ਉਹਨਾਂ ਨੂੰ ਫਿਰ ਕੰਮ ਕਾਰ ਲੱਭਣ 'ਚ ਵੀ ਸੌਖ ਰਹਿੰਦੀ ਆ ਹੁਣ ਮੇਰੇ ਵਰਗਾ ਬੰਦਾ ਆ 12ਵੀਂ ਪਾਸ ਕਰਕੇ ਆਇਆ 2 ਸਾਲ ਦਾ ਡਿਪਲੋਮਾ ਕੀਤਾ ਮੈਨੂੰ ਜੋਬ ਕਿਸੇ ਨੇ ਸੌਖੀ ਦੇਣੀ ਨਹੀਂ ਠੀਕ ਹੈ ਅਤੇ 16 ਮਹੀਨੇ ਦਾ ਕੋਰਸ ਮੇਰਾ ਲਗਾਤਾਰ ਬੈਕ ਟੂ ਬੈਕ 4 ਸਮੈਸਟਰ ਨੇ ਉਹ 16 ਮਹੀਨੇ 'ਚ ਮੈਂ ਵੀ ਕੀ ਸਿੱਖ ਲੈਣਾ ਆ ਇੰਨਾ ਵੀ ਮੈਂ ਸਿੱਖ ਪਾਉਣਾ ਕਿ ਮੈਨੂੰ ਕੋਈ ਸਟ੍ਰੀਮ ਰਿਲੇਟਡ ਖਰੀ ਜੋਬ ਮਿਲ ਜਾਵੇ ਠੀਕ ਹੈ ਉਹਨਾਂ ਨੂੰ ਮਿਲ ਜਾਣੀ ਆ ਅਤੇ ਆਪਣੇ ਨਹੀਂ ਫਰਕ ਪੈਂਦਾ ਫਿਰ ਉਹਨਾਂ ਨੂੰ ਅਗਰ ਸਟ੍ਰੀਮ ਰਿਲੇਟਡ ਜੋਬ ਮਿਲ ਗਈ ਤਾਂ ਉਹ ਟੋਰੰਟੋ ਵਰਗੇ ਸ਼ਹਿਰ ਵਿੱਚ ਵੀ PR ਅਪਲਾਈ ਕਰ ਸਕਦੇ ਆ ਕਿਉਂਕਿ ਉਹਨਾਂ ਕੋਲ ਸਟ੍ਰੀਟ ਕੀ ਕਹਿੰਦੇ ਆਪਣੇ ਸਟ੍ਰੀਮ ਰਿਲੇਟਡ ਜੋਬ ਹੈਗੀ ਆ ਸੈਕਿੰਡ ਥਿੰਗ ਇਜ਼ ਉਹਨਾਂ ਦੀ ਏਜ ਹੈਗੀ ਪੂਰੀ ਸਾਡੀ ਨਾ ਏਜ ਪੂਰੀ ਹੋਣੀ ਹੈ ਨਾ ਸਾਨੂੰ ਸਟ੍ਰੀਮ ਰਿਲੇਟਡ ਜੋਬ ਸੌਖੀ ਮਿਲਣ ਲੱਗੀ ਆ ਫਿਰ ਸਾਡੇ
ਠੀਕ ਹੈ, ਤੁਹਾਡੀ ਮਰਜ਼ੀ ਬਾਈ ਆ ਜਾਓ, ਮੈਂ ਤਾਂ ਕੁਛ ਨਹੀਂ ਕਹਿਣ ਵਾਲਾ, ਮੈਂ ਸੋਚਿਆ ਇੰਪੋਰਟੈਂਟ ਚੀਜ਼ ਆ ਸ਼ੇਅਰ ਕਰਨੀ ਬਣਦੀ ਆ, ਐਵੇਂ ਇੱਕ ਦਿਨ ਆਪਾਂ ਲੱਗੇ ਸੀ ਗੱਲਾਂ ਬਾਤਾਂ ਕਰਨ ਅਤੇ ਦਿਮਾਗ 'ਚ ਆਈ ਗੱਲ ਕਿ ਹਾਂ ਯਾਰ ਇਹ ਚੀਜ਼ ਤਾਂ ਕਿਸੇ ਨੂੰ ਪਤਾ ਹੀ ਨਹੀਂ ਹੁੰਦੀ, ਆਪਾਂ ਨੂੰ ਵੀ ਨਹੀਂ ਪਤਾ ਸੀ, ਤਾਂ ਹੀ ਘਰਦਿਆਂ ਨੇ ਸਾਨੂੰ 12ਵੀਂ ਪਾਸ ਭੇਜਤਾ, ਨਹੀਂ ਤਾਂ ਕੀ ਫਰਕ ਪੈਣਾ ਸੀ, ਉੱਥੇ 2 ਸਾਲ ਦਾ ਡਿਪਲੋਮਾ ਕਰ ਲੈਂਦੇ ਹੈ ਨਾ ਵੀ, ਅਤੇ ਪੈਸੇ ਤਾਂ ਉੱਥੇ ਕੋਈ ਖਾਸ ਲੱਗਦੇ ਨਹੀਂ ਆ, ਪੈਸੇ ਮੁੜ ਕੇ ਫੀਸਾਂ ਇੱਥੇ ਵੀ ਉਨੀਆਂ ਲੱਗਣੀਆਂ ਜਿੰਨੀਆਂ ਮੇਰੀਆਂ ਨੇ, ਠੀਕ ਆ, ਉਹਨਾਂ ਨੇ ਰਿਕੁਆਇਰਮੈਂਟ ਉਨੀ ਪੂਰੀ ਕਰਨੀ ਹੈ, 6 ਤੇ 6.5 ਬੈਂਡ ਹੋ ਜੂਗੇ, ਹੈ ਨਾ, ਫਰਕ ਨਹੀਂ ਪੈਣਾ ਅੱਧੇ ਬੈਂਡ ਨਾਲ, ਪਰ ਉਹਨਾਂ ਨੂੰ ਫੈਸਿਲਿਟੀਜ਼ ਜ਼ਿਆਦਾ ਨੇ, ਸਾਨੂੰ ਨਹੀਂ ਜ਼ਿਆਦਾ, ਇਹ ਫਰਕ ਆਏਗਾ। ਬਸ ਫਿਰ ਵੀਡੀਓ ਨੂੰ ਸਟ੍ਰੈਚ ਨਹੀਂ ਕਰਦਾ ਯਾਰ, ਦਿਲ ਕੀਤਾ ਮੇਰਾ ਗੱਲ ਸ਼ੇਅਰ ਕਰਨ ਨੂੰ, ਤਾਂ ਮੈਂ ਸੋਚਿਆ ਕਰ ਦਿੰਦਾ ਹਾਂ, ਇੰਪੋਰਟੈਂਟ ਚੀਜ਼ ਆ, ਕਈਆਂ 'ਤੇ ਤਾਂ ਕੰਮ ਆਊਗੀ ਨਾ, ਜਿਨ੍ਹਾਂ ਨੇ ਸੀਰੀਅਸਲੀ ਪੜ੍ਹਨਾ ਹੈ ਅਤੇ ਉਸ ਤੋਂ ਬਾਅਦ ਵਧੀਆ ਜੋਬਸ ਕਰਨੀਆਂ ਸਟ੍ਰੀਮ ਰਿਲੇਟਡ, ਠੀਕ ਹੈ, ਅਤੇ ਬਸ ਫਿਰ ਕਰ ਦਿੰਦਾ ਵੀਡੀਓ ਇੱਥੇ ਹੀ ਐਂਡ, ਆਈ ਹੋਪ ਕਿ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਊਗੀ, ਐਂਡ ਬਾਏ ਦ ਵੇ ਮੇਰੇ ਇਗਜ਼ਾਮਸ ਚੱਲ ਰਹੇ ਨੇ, ਸਮੈਸਟਰ ਐਂਡ ਹੋ ਰਿਹਾ, ਇਸ ਕਰਕੇ ਥੋੜ੍ਹਾ ਅੱਜ ਕੱਲ੍ਹ ਬਿਜ਼ੀ ਸਕੈਡਿਊਲ ਚੱਲ ਰਿਹਾ, ਅਤੇ ਵੀਡੀਓਜ਼ ਪਾ ਦਾਂਗੇ ਛੇਤੀ, ਮੈਂ ਬਸ ਕੋਈ ਵਾਧੂ ਵੀਡੀਓ ਨਹੀਂ ਪਾਉਣਾ ਚਾਹੁੰਦਾ, ਉਹੀ ਪਾਉਣਾ ਚਾਹੁੰਦਾ ਜਿਹੜੀ ਵੋਰਥ ਇਟ ਹੋਵੇ, ਜਿਹੜੀ ਕਿਸੇ ਨੇ ਨਾ ਦੱਸੀ ਹੋਵੇ। ਸੋ ਯਾ ਦੈਟਸ ਆਲ ਇਨ ਦਿਸ ਵੀਡੀਓ, ਤੁਹਾਨੂੰ ਅਗਲੀ ਵੀਡੀਓ ਜ਼ਰੂਰ ਨਾਲ ਮਿਲਾਂਗਾ, ਅਤੇ ਤਦ ਤੱਕ ਲਈ ਚੰਗਾ ਫਿਰ ਬਾਈ, ਮਿਲਦੇ ਅਗਲੀ ਯਾਰ।